ਇਹ ਬਾਈ ਹੋਰੀ ਵੀ ਦੇਖੋ ਨਾਲ ਦੇ ਪਿੰਡ 'ਚ ਸੁਬਹਾ ਸੁਬਹਾ ਉੱਠ ਕੇ ਅਤੇ ਆਏ ਨੇ ਇੱਥੇ ਮੇਰੇ ਕੋਲ, ਅਤੇ ਹੁਣ ਇੱਥੋਂ ਅਸੀਂ ਜਾਵਾਂਗੇ ਅੱਗੇ ਕੰਮ 'ਤੇ, ਅਤੇ ਬਾਕੀ ਅੱਲਾਹ ਤਾਲਾ ਖੈਰ ਕਰਦਾ, ਨਾਸ਼ਤਾ ਵਗੈਰਾ ਕਰਕੇ ਜਾਂਦੇ ਹਾਂ ਅਸੀਂ। ਸਾਹਿਬ ਲੱਗਦੀ ਪਈ ਅੰਮੀ ਕੀ ਹੋਇਆ? ਬੁਖਾਰ ਹੋਇਆ ਪਿਆ ਬਹੁ ਕਰ, ਬੁਖਾਰ ਹੋ ਗਿਆ ਤਾਂ ਹੋਰ ਕੀ ਹੋਇਆ? ਗਾਬਰ ਗੁਬਰ ਤਾਂ ਨਹੀਂ? ਗਾਬਰ ਬਹੁ ਹੈ ਤਾਂ ਬੁਖਾਰ ਹੀ ਚੜਿਆ, ਸਿਰ ਨੂੰ ਪੀੜਾਂ ਚੜੀਆਂ ਖਾਈਆਂ, ਬੁਖਾਰ ਬੁੰਗਾ ਕੱਢਿਆ। ਕੋਈ ਦਵਾਈ ਦਵੂਈ ਨਹੀਂ ਲਈ ਹੈ? ਕੋਈ ਨਹੀਂ, ਪੈਸੇ ਕੋਈ ਨਹੀਂ, ਦਵਾਈ ਖਾਈ। ਚਲੋ ਮੈਂ ਲਾਇਆ ਆਪਣਾ ਦਵਾਈ ਉੱਥੇ, ਡਾਕਟਰ ਤੂੰ ਠੀਕ ਹੈ ਨਾ? ਅਤੇ ਸਿਰ ਨੂੰ ਬਹੁ ਪੀੜ ਹੈ। ਅਸਲਾਮ ਅਲੈਕੁਮ ਮੇਰੇ ਤਮਾਮ ਭੈਣਾਂ ਭਾਈਓ, ਕੀ ਹਾਲ ਹੈ ਤੁਹਾਡਾ ਸਭ ਦਾ? ਉਮੀਦ ਕਰਦਾ ਤੁਸੀਂ ਠੀਕ ਹੋ। ਅਲਹਮਦੁਲਿਲਾ ਮੈਂ ਬਿਲਕੁਲ ਠੀਕ ਹਾਂ। ਅਤੇ ਅੱਜ ਦਾ ਵਲੋਗ ਸਟਾਰਟ ਕਰਨ ਤੋਂ ਪਹਿਲੇ ਮੇਰੀ ਤਮਾਮ ਭੈਣਾਂ ਭਾਈਆਂ ਅੱਗੇ ਛੋਟੀ ਜਿਹੀ ਰਿਕੁਐਸਟ, ਹਮੇਸ਼ਾ ਦੀ ਤਰ੍ਹਾਂ ਕਿ ਜੋ ਭੈਣ ਭਾਈ ਮੇਰੇ ਚੈਨਲ 'ਤੇ ਨਵੇਂ ਹਨ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕੋਨ ਨੂੰ ਦਬਾ ਦਿਓ, ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਅਤੇ ਅੱਜ ਸੁਬਹਾ ਸੁਬਹਾ ਉੱਠਿਆ, ਫਰੈਸ਼ ਹੋਇਆ, ਫਰੈਸ਼ ਹੋ ਕੇ ਨਾਤਾਂ ਜਾ ਕੇ ਨਹਾ ਕੇ ਕਿੰਨਾ ਹੈ ਹੁਣ ਵਲੋਗ ਸਟਾਰਟ ਕਰਨ ਲੱਗਾ। ਮੈਂ ਆਪਣੇ ਤਮਾਮ ਭੈਣਾਂ ਭਾਈਆਂ ਨਾਲ ਮੈਂ ਕਿਹਾ ਸਲਾਮ ਦੁਆ ਲੈ ਲਵਾਂ, ਅਤੇ ਅੰਮੀ ਔਰ ਉੱਠ ਕੇ ਆ ਨਾਸ਼ਤਾ ਨੁਸ਼ਤਾ ਬਣਾ ਰਹੇ ਹਨ। ਅਤੇ ਮੈਂ ਗਿਆ ਸੁਬਹਾ ਸੁਬਹਾ ਕਿਹਦਾ ਨਾਂ ਦਹੀਂ ਵਗੈਰਾ ਲੈ ਆਉਂਦੀ, ਇਹ ਦੇਖੋ ਦਹੀਂ ਲੈ ਆਉਂਦੀ। ਅਤੇ ਹੁਣ ਕਰਨ ਲੱਗਿਆ ਸੋਹਣੇ ਅੱਲਾ ਨੂੰ ਯਾਦ ਕਰਕੇ ਨਾਸ਼ਤਾ ਬਣਾ ਕੇ ਨਾਸ਼ਤਾ ਕਰਾਂਗੇ, ਉਸ ਬਾਅਦ ਵਿੱਚ ਜਾਵਾਂਗੇ ਕੰਮ 'ਤੇ, ਅਤੇ ਇਨਸ਼ਾਅੱਲਾ ਜੋ ਸਾਰੇ ਦਿਨ ਦੀ ਰੂਟੀਨ ਹੋਏਗੀ ਅੱਜ ਤੁਹਾਨੂੰ ਮੁਕੰਮਲ ਦਿਖਾਵਾਂਗਾ। ਕੱਲ੍ਹ ਵਾਲੇ ਵਲੋਗ ਵਿੱਚ ਮੈਂ ਨਹੀਂ ਦਿਖਾ ਸਕਿਆ ਕਿਉਂਕਿ ਪਹਿਲੇ ਦਿਨ ਹਾਂ, ਅਤੇ ਪਹਿਲੇ ਦਿਨ ਵਿੱਚ ਕੀ ਹੁੰਦਾ ਨਾ ਇੰਨਾ ਮੈਂ ਵਲੋਗ ਨਹੀਂ ਬਣਾ ਸਕਿਆ ਕਿਉਂਕਿ ਮਾਲਕ ਕੋਈ ਇਤਰਾਜ਼ ਕਰ, ਜੇ ਇਹਨਾਂ ਦਾ ਕੰਮ ਕਰਦੇ ਪਏ ਉਹ ਇਤਰਾਜ਼ ਕਰਦੇ ਹਨ ਵੀ ਪਹਿਲੇ ਦਿਨ ਹੀ ਆਇਆ ਅਤੇ ਪਹਿਲੇ ਦਿਨ ਹੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਇਸ, ਅਤੇ ਕੀ ਹੁੰਦਾ ਨਾ ਇਸ ਤਰ੍ਹਾਂ ਅੱਛਾ ਨਹੀਂ ਸਮਝਦੇ। ਅਤੇ ਅੰਮੀ ਹੋਰੀ ਅੰਮੀ ਔਰ ਅੱਛਾ ਬਣਾ ਲਈਏ ਅਤੇ ਰੋਟੀਆਂ ਪਕਾਉਂਦੇ ਪੈਣੇ ਹਨ। ਸਾਰਿਆਂ ਵਾਸਤੇ ਜਿਤਨੇ ਕੋਈ ਲੋਕਾਂ ਰਹਿਣ ਜਿਤਨੇ ਕਿ ਨਹੀਂ ਹਨ ਸਾਰਿਆਂ ਵਾਸਤੇ ਦੁਆ ਕਰਨੀ ਆ, ਸਾਰਿਆਂ ਨੂੰ ਦੁਆ ਦੇਣੀ ਆ, ਮੈਂ ਸਾਰਿਆਂ ਦੀ ਮਾਂ ਹਾਂ ਅਤੇ ਮੈਂ ਸਭ ਨੂੰ ਦੁਆ ਕਰਨੀ ਹਾਂ, ਅਤੇ ਮੇਰੇ ਵਾਸਤੇ ਦੁਆ ਕਿਤੇ ਕਰੋ, ਚਾਹੇ ਵਾਸਤੇ ਦੁਆ ਕਿਤੇ ਕਰੋ, ਜਿਹਨੂੰ ਕੰਮ ਲੱਭਦਾ ਰਹੇ ਜੀ ਮੇਰਾ ਇਲਾਜ ਸ਼ੁਰੂ ਰੱਖੀ, ਅਤੇ ਮੈਂ ਬਿਮਾਰ ਹਾਂ ਅਤੇ ਸ਼ਾਇਦ ਪੈਸਾ ਪਾ ਬਹੁ ਮੇਰੇ ਉੱਤੇ ਲੈਂਦਾ, ਅਤੇ ਮੈਂ ਸਾਰਿਆਂ ਵਾਸਤੇ ਦੁਆ ਕਰਨੀ ਹਾਂ, ਸਾਰਿਆਂ ਦੀ ਮਾਂ ਮੈਂ ਸਭ ਵਾਸਤੇ ਦੁਆ ਕਰਨੀ ਹਾਂ, ਅਤੇ ਅੱਲਾ ਤੁਹਾਨੂੰ ਕਾਮਯਾਬ ਕਰੇ ਅਤੇ ਸ਼ਾਇਦ ਨੂੰ ਵੀ ਕਾਮਯਾਬ ਕਰੇ, ਅਤੇ ਮੈਂ ਸਭ ਵਾਸਤੇ ਦੁਆ ਕਰੇ। ਅੰਮੀ ਹੋਰੀ ਪਕਾਉਂਦੇ ਨਾਸ਼ਤਾ, ਅਤੇ ਉਨੇ ਦੇਰ ਇਹਦੇ ਬਾਈ ਹੋਰੀ ਵੀ ਆ ਗਏ, ਅਤੇ ਇਹਨਾਂ ਦੇ ਕੀ ਹੋਇਆ ਮੋਟਰਸਾਈਕਲ ਨੂੰ ਸੁਬਹ ਸੁਬਹ? ਚੈਨ ਟੁੱਟ ਗਿਆ ਬਾਈ ਹੋਰਾਂ ਦੇ ਮੋਟਰਸਾਈਕਲ ਦਾ ਚੈਨ ਟੁੱਟ ਚੁੱਕਿਆ ਹੈ, ਅਤੇ ਕੰਮ 'ਤੇ ਤਾਂ ਲੈ ਜਾ ਸੀ ਨਾ? ਲੈ ਜਾ ਸਹੀ ਕਰਾ ਕੇ। ਚਲੋ ਸਹੀ ਹੈ, ਕੋਈ ਨਹੀਂ, ਅੱਲਾ ਖੈਰ ਕਰ ਸੀ। ਇਹ ਬਾਈ ਹੋਰੀ ਵੀ ਦੇਖੋ ਨਾਲ ਦੇ ਪਿੰਡ 'ਚ ਸੁਬਹਾ ਸੁਬਹਾ ਉੱਠ ਕੇ ਅਤੇ ਆਏ ਨੇ ਇੱਥੇ ਮੇਰੇ ਕੋਲ, ਅਤੇ ਹੁਣ ਇੱਥੋਂ ਅਸੀਂ ਜਾਵਾਂਗੇ ਅੱਗੇ ਕੰਮ 'ਤੇ, ਅਤੇ ਬਾਕੀ ਅੱਲਾ ਤਾਲਾ ਖੈਰ ਕਰਦਾ, ਨਾਸ਼ਤਾ ਵਗੈਰਾ ਕਰਕੇ ਜਾਂਦੇ ਹਾਂ ਅਸੀਂ। ਅਤੇ ਅਲਹਮਦੁਲਿਲਾ ਖਾਣਾ ਵਗੈਰਾ ਨਾਸ਼ਤਾ ਵਗੈਰਾ ਅਸੀਂ ਕਰ ਲਿਆ, ਅਤੇ ਹੁਣ ਸੋਹਣੇ ਅੱਲਾ ਨੂੰ ਯਾਦ ਕਰਕੇ ਜਾਣ ਲੱਗੀਆਂ ਕੰਮ 'ਤੇ, ਅਤੇ ਇਨਸ਼ਾਅੱਲਾ ਹੁਣ ਉੱਥੇ ਪਹੁੰਚ ਕੇ ਗੱਲਬਾਤ ਕਰਾਂਗੇ। ਅਤੇ ਬਾਈ ਹੋਰੀ ਉਹ ਨਿਕਲੇ ਖਲੋਤੇ, ਅਤੇ ਵੀ ਅਸੀਂ ਪਹੁੰਚ ਆਇਆ ਅਸੀਂ ਕੰਮ 'ਤੇ, ਅਤੇ ਪਹੁੰਚ ਕੇ ਅਸੀਂ ਹੁਣ ਰੇਤਾ ਮਿਲਦੇ ਪਿਆ ਸੀਮਿੰਟ ਬਣਾਉਣ ਵਾਸਤੇ, ਅਤੇ ਬਾਈ ਹੋਰੀ ਸੁੱਟੀ ਜਾਂਦੇ, ਅਤੇ ਮੈਂ ਇੱਥੇ ਵਾਰ ਵਾਰ ਕੇ ਦਿੱਤੀ ਜਾਂਦਾ ਇਹਨਾਂ ਨੂੰ ਬੱਠਲ, ਅਤੇ ਬਾਕੀ ਰੇਤਾ ਵਗੈਰਾ ਸੁੱਟ ਕੇ ਇਨਸ਼ਾਅੱਲਾ ਬਾਅਦ ਵਿੱਚ ਮਿਲਣੇ ਹਨ। ਅਤੇ ਉਹ ਦੀਵਾਰ ਸਾਡੀ ਹੋ ਚੁੱਕੀ ਮੁਕੰਮਲ 4 ਫੁੱਟ 'ਤੇ, ਅਤੇ ਹੁਣ ਜੀ ਇਹ ਦੀਵਾਰ ਹੈ ਨਾ ਇਹਦੇ ਅਸੀਂ ਪੈਡ ਕਰਨ ਲੱਗੇ ਹਾਂ, ਇਹ ਮੈਂ ਖੁੱਡੇ ਮਾਰ ਲਏ, ਅਤੇ ਇਹਦੇ ਬਾਈ ਹੋਰਾਂ ਨੂੰ ਕਿਹਾ ਗਾਡਰ ਲਾਓ, ਉੱਥੇ ਗਾਡਰ ਪਿਆ ਉੱਤੇ ਪੈਡ 'ਤੇ, ਉਹ ਗਾਡਰ ਲਾ ਕੇ ਲਾ ਜਾਂਦੇ ਹਨ, ਅਤੇ ਹੁਣ ਵਾਂਸ ਆ ਗਿਆ ਅਤੇ ਬਾਲਾ ਅਤੇ ਇਹਨੂੰ ਬੰਨਣੇ ਆ, ਅਤੇ ਇਹਦੀ ਸੋਹਣੇ ਅੱਲਾ ਨੂੰ ਯਾਦ ਕਰਕੇ ਪੈਡ ਕਰਨੇ ਆ, ਪੈਡ ਕਰਕੇ ਇਨਸ਼ਾਅੱਲਾ ਇਹਨੂੰ ਜਿੱਤਣ 'ਤੇ ਹੁੰਦੀ ਹੋਈ ਇਹ ਕਰਨੇ ਆ। ਉਸ ਤੋਂ ਬਾਅਦ ਜੇ ਉਹ ਦੀਵਾਰ ਹੈ ਉਹਦੇ ਉੱਤੋਂ ਚੁੱਕ ਕੇ ਉਤਾਂ ਉਹਦਾ ਲੈਂਟਰ ਲਾ ਕੇ, ਅਤੇ ਬਾਕੀ ਕੋਈ ਟਾਈਮ ਬਚਿਆ ਤਾਂ ਕੋਈ ਮਿੱਟੀ ਵਗੈਰਾ ਦੇਖੋ ਇਹਨਾਂ ਨੇ ਇੱਕੋ ਜਿਹੀ ਕਰ ਲਈ ਬਾਈ ਹਸਨ ਹੋਰਾਂ ਨੇ, ਬਾਈ ਹਸਨ ਆ ਰਹੀ ਕੰਮ ਆਪ ਕਰਦਾ ਰਿਹਾ, ਅਤੇ ਬਾਕੀ ਇਹਦੇ 'ਤੇ ਕੋਈ ਟਾਈਮ ਬਚਿਆ ਤਾਂ ਇਹਦੇ 'ਚ ਕੁੱਟੀ ਹੋਈ ਬਜਰੀ ਵਗੈਰਾ ਸੁੱਟ ਕੇ ਇੱਥੇ ਕੱਲ੍ਹ ਬਾਈ ਹੋਰੀ ਕੁੱਟਦੇ ਰਹਿਣ, ਅਤੇ ਉਹ ਸੁੱਟ ਕੇ ਇਹਨੂੰ ਕੱਚਾ ਵਗੈਰਾ ਕਰਕੇ ਜਾਵਾਂਗੇ। ਬਾਕੀ ਕੋਈ ਨਹੀਂ, ਅੱਲਾਹ ਤਾਲਾ ਖੈਰ ਕਰ ਸੀ, ਦੇਖਦੇ ਹਾਂ ਕੀ ਹੁੰਦਾ।
ਕਿ ਅਸੀਂ ਕਰ ਲਈ ਛੁੱਟੀ ਸ਼ਾਮ ਹੋ ਚੁੱਕੀ ਅਤੇ ਹੁਣ ਜਾਣ ਲੱਗਿਆਂ ਘਰ ਦੀਵਾਰਾਂ ਦੋਨੋਂ ਮੁਕੰਮਲ ਹੋ ਗਈਆਂ ਦਰਵਾਜ਼ੇ ਫਿਕਰ ਅਤੇ ਬਾਕੀ ਕੀ ਹੁੰਦਾ ਬਾਈ ਹੋਰਾਂ ਦਾ ਮੋਟਰਸਾਈਕਲ ਨੂੰ ਕੋਈ ਮਸਲਾ ਬਣ ਗਿਆ ਉਹ ਸਹੀ ਕਰਦੇ ਪੈਣ ਅਤੇ ਸਹੀ ਕਰ ਲੈਂਦੇ ਅਤੇ ਜਾਂਦੇ ਹਾਂ ਘਰ ਅਤੇ ਸਮਾਨ ਮੈਂ ਲੈ ਕੇ ਜਾ ਰਿਹਾ ਕਿਉਂਕਿ ਉਹ ਜੇ ਬਾਈ ਹੋਰਾਂ ਦਾ ਛੱਪਰ ਹੈ ਨਾ ਉਹ ਜੋ ਅਗਲੇ ਦਿਨ ਮੈਂ ਬਣਾਇਆ ਸੀ ਅਤੇ ਅੱਧੀ ਵਿੱਚ ਛੱਡ ਕੇ ਆ ਗਿਆ ਸੀ ਅਤੇ ਸੁਬਾਹ ਇਨਸ਼ਾਅੱਲਾ ਉਹ ਜਾ ਕੇ ਮੁਕੰਮਲ ਕਰਨਾ ਅਤੇ ਜੁੰਮਾ ਵੀ ਹੈਗਾ ਅਤੇ ਦੋ ਤਿੰਨ ਘੰਟੇ ਉਹਦੇ 'ਤੇ ਜੋ ਲੱਗੇ ਉਹ ਜਾ ਕੇ ਲਾਵਾਂਗੇ ਅਤੇ ਛੱਪਰ ਇਹਨਾਂ ਦਾ ਕੰਪਲੀਟ ਹੋ ਜਾ ਸੀ ਕਿਉਂਕਿ ਜਾਨਵਰਾਂ ਦਾ ਮਸਲਾ ਜਾਨਵਰ ਵਿਕੀ ਉਹਦੇ ਨਾ ਹੈ ਉੱਥੇ ਅੱਗੋਂ ਸਰਦੀਆਂ ਹੁੰਦੀਆਂ ਪਈਆਂ ਅਤੇ ਉਹਨਾਂ ਦਾ ਕੋਈ ਸੁੱਖ ਬਣ ਜਾ ਸੀ ਬਾਕੀ ਜੁੰਮਾ ਵੀ ਹੈ ਜੁੰਮੇ ਦੀ ਵਜ੍ਹਾ ਤੋਂ ਵੀ ਛੁੱਟੀ ਕਰਨੀ ਛੁੱਟੀ ਤਾਂ ਲਾਜ਼ਮੀ ਕਰਨੀ ਹੈ ਲੇਕਿਨ ਛੁੱਟੀ ਵਾਲੇ ਦਿਨ ਜੁੰਮੇ ਦੀ ਨਮਾਜ਼ ਵੀ ਅਦਾ ਕਰਨੀ ਹੁੰਦੀ ਅਤੇ ਕੋਈ ਘਰ ਦੇ ਕੰਮ ਛੋਟੇ ਮੋਟੇ ਇਹ ਵੀ ਕਰਨੇ ਹੁੰਦੇ ਨੇ ਅਤੇ ਬਾਈ ਹੋਰਾਂ ਦਾ ਚਲੋ ਛੱਪਰ ਵੀ ਬਣ ਗਿਆ ਸੀ ਬਾਕੀ ਕੋਈ ਨਹੀਂ ਹੁਣ ਨਿਕਲਨੇ ਹਾਂ ਅਸੀਂ ਅਤੇ ਇਨਸ਼ਾਅੱਲਾ ਪਹੁੰਚ ਕੇ ਕੀ ਹੁੰਦਾ ਹੈ ਫਿਰ ਮੁਲਾਕਾਤ ਹੁੰਦੀ ਹੈ ਉਦੋਂ ਤੀਕਰ ਮੇਰੇ ਨਾਲ ਹੀ ਰਹਿਣਾ ਮੇਰੇ ਤਮਾਮ ਭੈਣ ਭਾਈ ਜੀ ਅਤੇ ਅਲਹਮਦੁਲਿਲਾ ਮੈਂ ਇਸ ਟਾਈਮ ਘਰ ਪਹੁੰਚਿਆ ਆਪਣੇ ਅਤੇ ਉਸ ਤੋਂ ਬਾਅਦ ਅੰਮੀ ਹੋਰਾਂ ਨੂੰ ਦੇਖਿਆ ਅੰਮੀ ਹੋਰਾਂ ਦੀ ਤਬੀਅਤ ਵਾਹ ਵਾਹ ਖਰਾਬ ਲੱਗਦੀ ਪਈ ਅੰਮੀ ਕੀ ਹੋਇਆ ਬੁਖਾਰ ਹੋਇਆ ਪਿਆ ਬਹੁ ਬੁਖਾਰ ਹੋ ਗਿਆ ਤਾਂ ਹੋਰ ਕੀ ਹੋਇਆ ਗਾਬਰ ਗੁਬਰ ਤਾਂ ਨਹੀਂ ਗਾਬਰ ਬਹੁ ਤਾਂ ਬੁਖਾਰ ਹੀ ਚੜਿਆ ਸਿਰ ਨੂੰ ਪੀੜਾਂ ਚੜੀਆਂ ਖਾਈਆਂ ਬੁਖਾਰ ਬੁਗਾ ਕੱਢੀ ਕੋਈ ਦਵਾਈ ਦਵੂਈ ਨਹੀਂ ਲਈ ਹੈ ਕੋਈ ਨਹੀਂ ਪੈਸੇ ਕੋਈ ਨਹੀਂ ਦਵਾਈ ਖਾਈ ਚਲੋ ਮੈਂ ਲਾਇਆ ਉਹਨਾਂ ਦਵਾਈ ਉੱਥੇ ਡਾਕਟਰ ਤੂੰ ਠੀਕ ਹੈ ਨਾ ਅਤੇ ਸਿਰ ਨੂੰ ਬਹੁ ਪੀੜ ਹੈ ਹਾਂ ਅਤੇ ਕੋਈ ਦਵਾਈ ਦਵੂਈ ਲਾਇਆ ਉਹਨਾਂ ਨਾ ਮੈਂ ਅਤੇ ਕੋਈ ਖਾਣਾ ਵਗੈਰਾ ਪਹਿਲੇ ਖਾ ਲਵੇ ਨਾ ਪਿੱਛੇ ਕੋਈ ਦਵਾਈ ਦਵਾਈ ਲਾਇਆ ਹੋਣਾ ਕੋਈ ਹੋਟਲ ਤੋਂ ਰੋਟੀਆਂ ਲੈ ਲੈਂਦਾ ਹੈ ਜਾਂ ਕੋਈ ਘਰ ਪਕਾ ਲੈਂਦਾ ਘਰ ਕੋਈ ਚੀਜ਼ ਬਣਾ ਲੈਂਦਾ ਅਤੇ ਖਾਣਾ ਖਾ ਕੇ ਉਸ ਤੋਂ ਬਾਅਦ ਦਵਾਈ ਲਵਿਆ ਠੀਕ ਹੈ ਨਾ ਮੈਂ ਲਾਇਆ ਹੋਣਾ ਜਾ ਕੇ ਡਾਕਟਰ ਤੋਂ ਦਵਾਈ ਅਤੇ ਮਾਮੂ ਹੋਰੀ ਬੈਠੇ ਹਨ ਮਾਮੂ ਕੀ ਹਾਲ ਹੋਏ ਤੁਹਾਡਾ ਕੋਈ ਨਹੀਂ ਅੱਲਾ ਖੈਰ ਕਰਸੀ ਟੈਨਸ਼ਨ ਨਹੀਂ ਲਵਣੀ ਠੀਕ ਹੈ ਨਾ ਹਾਂ ਬਾਕੀ ਅੱਲਾ ਬਿਹਤਰ ਕਰੇਗਾ ਕੁਛ ਵੀ ਨਹੀਂ ਹੁੰਦਾ ਅਤੇ ਬਾਕੀ ਹੁਣ ਮੈਂ ਜਾ ਰਿਹਾ ਅੰਮੀ ਵਾਸਤੇ ਕੋਈ ਦਵਾਈ ਵਗੈਰਾ ਲਵੇ ਅਤੇ ਕੋਈ ਹਿਸਾਬ ਕਿਤਾਬ ਲੈਂਦੇ ਹਾਂ ਅੰਮੀ ਹੋਰਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਅਤੇ ਆਇਆ ਘਰ ਅਤੇ ਮੈਨੂੰ ਅੰਮੀ ਹੋਰਾਂ ਆਖਿਆ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਹੈ ਅਤੇ ਹੁਣ ਕੋਈ ਜਾ ਕੇ ਲਾਇਆ ਹੋਣਾ ਅੰਮੀ ਹੋਰਾਂ ਵਾਸਤੇ ਦਵਾਈ ਵਗੈਰਾ ਅਤੇ ਉਸ ਤੋਂ ਬਾਅਦ ਪਹਿਲੇ ਕੋਈ ਖਾਣੇ ਵਗੈਰਾ ਦਾ ਬੰਦੋਬਸਤ ਕਰਨੇ ਆ ਕਿਉਂਕਿ ਹਾਲਤ ਬਹੁਤ ਹੀ ਸੰਜੀਦਾ ਹੋਈ ਪਈ ਅੰਮੀ ਦੀ ਅਤੇ ਬਾਕੀ ਕੋਈ ਨਹੀਂ ਤਮਾਮ ਭੈਣਾਂ ਬਈ ਮੇਰੇ ਨਾਲ ਹੀ ਰਹਿਣਾ ਅੱਲਾਹ ਤਾਲਾ ਕਰਮ ਕਰੇਗਾ ਅਤੇ ਬਾਕੀ ਤਮਾਮ ਭੈਣਾਂ ਬਾਈਆਂ ਅੱਗੇ ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਤਮਾਮ ਭੈਣਾਂ ਬਾਈ ਮੇਰੀ ਅੰਮੀ ਵਾਸਤੇ ਦੁਆ ਕਰਨਾ ਕਿ ਜਲਦੀ ਸਿਹਤ ਯਾਬ ਹੋ ਜਾਵੇ ਅਤੇ ਬਾਕੀ ਦਵਾਈ ਵਗੈਰਾ ਤਾਂ ਮੈਂ ਲੈ ਆਵਾਂਗਾ ਹੁਣ ਜਾਂਦਾ ਮੈਂ ਲੈ ਆਉਂਦਾ ਅਤੇ ਖਾਣਾ ਵਗੈਰਾ ਵੀ ਲੈ ਆਵਾਂਗਾ ਕਿਤੇ ਆਉਂਦਿਆਂ ਅਤੇ ਲੈ ਕੇ ਆਉਂਦਿਆਂ ਅਤੇ ਜਾਣ 'ਤੇ ਕਾਫੀ ਟਾਈਮ ਲੱਗ ਜਾਣਾ ਕਿਉਂਕਿ ਬਾਜ਼ਾਰ ਕਾਫੀ ਸਫ਼ਰ ਹੈਗਾ ਅਤੇ ਕਾਫੀ ਲੇਟ ਹੋ ਜਾਣੀ ਅਤੇ ਮੈਂ ਤੁਹਾਡੇ ਕੋਲੋਂ ਇਜਾਜ਼ਤ ਲੈਣਾ ਬਰਾਏ ਮਿਹਰਬਾਨੀ ਮੈਨੂੰ ਇਜਾਜ਼ਤ ਦੇ ਦਿਓ ਕਿਉਂਕਿ ਮੈਂ ਕਹਿੰਦਾ ਨਾ ਕਾਫੀ ਟਾਈਮ ਹੋ ਜਾਣਾ ਵੀਡੀਓ ਫਿਰ ਅਪਲੋਡ ਵੀ ਕਰਨੀ ਅਤੇ ਚਲੋ ਰਸਤੇ ਜਾਂਦਾ ਹੋਇਆ ਮੈਂ ਐਡੀਟਿੰਗ ਵਗੈਰਾ ਕਰ ਲਵਾਂਗਾ ਅਤੇ ਸਾਰਾ ਹਿਸਾਬ ਕਿਤਾਬ ਲਾ ਲਵਾਂਗਾ ਅਤੇ ਕਾਫੀ ਟਾਈਮ ਲੱਗ ਜਾਂਦਾ ਐਡੀਟਿੰਗ ਵਗੈਰਾ ਅਤੇ ਵੀਡੀਓ ਬਣਾਉਣ ਅਤੇ ਬਾਅਦ ਵਿੱਚ ਅਤੇ ਹਨੇਰਾ ਹੋ ਜਾਣਾ ਅਤੇ ਅਪਲੋਡ ਕਰਨ ਲੱਗੇ ਬਹੁਤ ਟਾਈਮ ਲੱਗ ਜਾਣਾ ਅਤੇ ਮੈਂ ਤਮਾਮ ਭੈਣਾਂ ਬਾਈ ਜਿੱਥੇ ਰਹੋ ਖੁਸ਼ ਰਹੋ ਆਬਾਦ ਰਹੋ ਸਦਾ ਹੱਸਦੇ ਮੁਸਕਰਾਉਂਦੇ ਰਹੋ ਅਤੇ ਮੈਨੂੰ ਅੱਜ ਦੇ ਵਲੋਗ ਦੇ ਦਿਓ ਇਜਾਜ਼ਤ ਮਿਲਣੇ ਆ ਕਿਸੇ ਅੱਛੇ ਜਿਹੇ ਨੈਕਸਟ ਵਲੋਗ ਵਿੱਚ ਉਦੋਂ ਤੀਕਰ ਅੱਲਾ ਹਾਫਿਜ਼।